ਅਤੇ ਗੁਰੂ ਨਾਨਕ ਸਾਹਿਬ ਨੇ ਜਿਹੜੀ ਸਾਨੂੰ ਵਿਚਾਰਧਾਰਾ ਬਖਸ਼ੀ ਹੈ ਉਹ ਬੜੀ ਅਹਿਮ ਹੈ, ਬੜੀ ਅਜ਼ੀਮ ਹੈ ਔਰ ਬੜੀ ਹੀ ਅਸੀਮ ਹੈ। ਨਾ ਉਸ ਦੀਆਂ ਕੋਈ ਹੱਦਾਂ ਨੇ। ਤੁਸੀਂ ਹੈਰਾਨ ਹੋ ਜਾਵੋਗੇ ਕਿ ਆਮ ਵਿਅਕਤੀ, ਜਦੋਂ ਅਸੀਂ ਮਨੁੱਖ ਦੀ ਮਾਨਸਿਕ ਸੱਤਾ ਦੀ ਗੱਲ ਕਰਦੇ ਹਾਂ ਨਾ, ਅਸੀਂ ਕਹਿੰਦੇ ਮਨ ਅਚੇਤ ਵੀ ਹੈ, ਮਨ ਅਰਧਚੇਤ ਵੀ ਹੈ, ਮਨ ਸੁਚੇਤ ਵੀ ਹੈ। ਪਰ ਸੁਚੇਤ ਤੋਂ ਸੁਚੇਤ ਮਨ ਇੱਕ ਸਵਾਲ ਦਾ ਜਵਾਬ ਨਹੀਂ ਦੇ ਸਕਦਾ। ਉਹ ਸਵਾਲ ਬੜਾ ਅਹਿਮ ਜੇ। ਗੁਰੂ ਨਾਨਕ ਸਾਹਿਬ ਪਾਕ ਪਟਨ ਗਏ ਅਤੇ ਪਾਕ ਪਟਨ ਉਸ ਵੇਲੇ ਸ਼ੇਖ ਫਰੀਦ ਸਾਹਿਬ, ਜਿਨ੍ਹਾਂ ਦੀ ਬਾਣੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਹੈ, ਇਹਨਾਂ ਦੇ 10ਵੇਂ ਗੱਦੀ ਨਸ਼ੀਨ ਸ਼ੇਖ ਇਬਰਾਹਿਮ ਬੈਠੇ ਸੀ। ਹੁਣ ਗੁਰੂ ਨਾਨਕ ਸਾਹਿਬ ਉੱਥੇ ਗਏ ਅਤੇ ਗੱਦੀ ਨਸ਼ੀਨ ਨੇ ਸ਼ੇਖ ਇਬਰਾਹਿਮ ਸਾਹਿਬ, ਪੁਰਾਤਨ ਜਨਮ ਸਾਖੀਆਂ 'ਚ ਸ਼ਬਦ ਹੁੰਦਾ ਹੈ ਸ਼ੇਖ ਬ੍ਰਹਮ, ਪਰ ਅਸਲੀ ਨਾਮ ਉਹਨਾਂ ਦਾ ਹੈ ਸ਼ੇਖ ਇਬਰਾਹਿਮ। ਉਸ ਨੇ ਗੁਰੂ ਨਾਨਕ ਸਾਹਿਬ ਦੇ ਇੱਕ ਸਵਾਲ ਰੱਖ ਦਿੱਤਾ ਹੈ, ਗੁਰੂ ਨਾਨਕ ਸਾਹਿਬ ਦੀ ਅਜ਼ਮਤ ਨੂੰ ਪਰਖਣ ਦੇ ਵਾਸਤੇ ਇੱਕ ਸਵਾਲ ਰੱਖ ਦਿੱਤਾ ਹੈ। ਉਹ ਸਵਾਲ ਪਤਾ ਕੀ ਹੈ? ਕਹਿੰਦਾ ਹੈ ਕਿ ਸਾਡੀ ਇਸਲਾਮੀ ਸ਼ਰ੍ਹਾ ਦੇ ਵਿੱਚ ਜਦੋਂ ਅਸੀਂ ਕਿਸੇ ਜੀਵ ਨੂੰ ਹਲਾਲ ਕਰਦੇ ਹਾਂ ਅਤੇ ਜੇਕਰ ਕਲਮਾ ਪੜ੍ਹ ਕੇ ਕੀਤਾ ਜਾਵੇ ਤਾਂ ਉਹ ਹਲਾਲ ਹੈ, ਖਾਣ ਦੇ ਕਾਬਲ ਹੈ, ਪਰ ਜੇਕਰ ਕਲਮਾ ਨਾ ਪੜ੍ਹਿਆ ਜਾਵੇ ਅਤੇ ਉਸਨੂੰ ਖਾਧਾ ਨਹੀਂ ਜਾ ਸਕਦਾ, ਉਹ ਹਰਾਮ ਹੈ। ਇਹ ਗੁਰੂ ਨਾਨਕ ਸਾਹਿਬ ਦੇ ਅੱਗੇ ਸਵਾਲ ਹੈ ਸ਼ੇਖ ਇਬਰਾਹਿਮ ਦਾ, ਔਰ ਬੜਾ ਅਹਿਮ ਸਵਾਲ ਹੈ। ਕਹਿੰਦਾ ਕਿ ਜੀਵ ਨੂੰ ਕਲਮਾ ਪੜ੍ਹ ਕੇ ਮਾਰਿਆ ਜਾਵੇ ਤਾਂ ਉਹ ਹਲਾਲ ਹੈ, ਉਸਦਾ ਮਾਸ ਖਾ ਸਕਦੇ ਅਸੀਂ ਆਪਣੀ ਸ਼ਰ੍ਹਾਂ ਦੀ ਮਰਿਆਦਾ ਦੇ ਮੁਤਾਬਕ, ਕਲਮਾ ਨਾ ਪੜ੍ਹਿਆ ਜਾਵੇ ਉਹ ਹਰਾਮ ਹੈ, ਪਰ ਮਨੁੱਖ ਦਾ ਕਤਲ ਕਰਨਾ ਹਰਾਮ ਹੈ ਚਾਹੇ ਕਲਮਾ ਪੜ੍ਹਿਆ ਜਾਵੇ ਜਾਂ ਨਾ ਪੜ੍ਹਿਆ ਜਾਵੇ। ਪਰ ਗੁਰੂ ਨਾਨਕ, ਕੀ ਕੋਈ ਐਸਾ ਖੰਜਰ, ਐਸਾ ਕਲਮਾ, ਐਸੀ ਤਲਵਾਰ, ਐਸੀ ਤੇਗ, ਐਸੀ ਸ਼ਮਸ਼ੀਰ ਹੈ ਜਿਹਦੇ ਨਾਲ ਮਨੁੱਖ ਨੂੰ ਹਲਾਲ ਕੀਤਾ ਜਾਵੇ, ਖੂਨ ਵੀ ਨਿਕਲੇ ਪਰ ਉਹ ਹਲਾਲ ਹੋਵੇ, ਉਹ ਹਰਾਮ ਨਾ ਹੋਵੇ? ਬੰਦੇ ਨੂੰ ਕਤਲ ਕੀਤਾ ਜਾਵੇ, ਖੂਨ ਵੀ ਨਿਕਲੇ ਪਰ ਉਹ ਹਰਾਮ ਨਾ ਹੋਵੇ, ਉਹ ਹਲਾਲ ਹੋਵੇ। ਹੁਣ ਗੁਰੂ ਨਾਨਕ ਸਾਹਿਬ ਬੜੇ ਪਿਆਰ ਦੇ ਨਾਲ ਕਹਿੰਦੇ ਨੇ ਸ਼ੇਖ ਇਬਰਾਹਿਮ ਜੀ, ਆਓ ਫਿਰ ਮੈਂ ਤੁਹਾਨੂੰ ਉਸ ਤਲਵਾਰ ਬਣਾਉਣ ਦਾ ਤਰੀਕਾ ਦੱਸਦਾ। ਗੁਰੂ ਸਾਹਿਬ ਕਹਿੰਦੇ ਨੇ ਸੱਚ ਕੀ ਕਾਤੀ। ਕਾਤੀ ਸ਼ਬਦ ਸੰਸਕ੍ਰਿਤ ਦੇ ਵਿੱਚੋਂ ਆਵੇਗਾ ਤਾਂ ਅਰਥ ਹੈ ਕੈਂਚੀ। ਪਾਵਨ ਗੁਰਬਾਣੀ ਤੁਸੀਂ ਪੜ੍ਹਦੇ ਹੋ ਨਾ, ਸੇ ਸਿਰ ਕਾਤੀ ਮੁੰਦੀਅਨ, ਗਲ ਵਿੱਚ ਆਵੇ ਤੂਰ। ਪਰ ਜਦੋਂ ਕਾਤੀ ਸ਼ਬਦ ਫਾਰਸੀ ਦੇ ਵਿੱਚੋਂ ਆਵੇਗਾ, ਇਸਦਾ ਅਰਥ ਹੈ ਜ਼ਿਬਾ ਕਰਨ ਵਾਲਾ ਖੰਜਰ। ਰਾਜੇਸ਼ੀ ਮੁਕੱਦਮ ਕੁੱਤੇ, ਇਹਨਾਂ ਸ਼ਬਦਾਂ ਦੇ ਸਮ ਅਰਥ ਇੱਕ ਹੋਰ ਸਾਡੇ ਸ਼ਬਦ ਹੁੰਦੇ ਨੇ ਕੱਲ ਕਾਤੀ ਰਾਜੇ ਕਸਾਈ। ਕਸਾਈ ਕੋ ਕੈਂਚੀ ਨਹੀਂ ਹੁੰਦੀ, ਕਸਾਈ ਕੋ ਖੰਜਰ ਹੁੰਦਾ। ਸੋ ਇੱਥੇ ਕਾਤੀ ਸ਼ਬਦ ਦਾ ਅਰਥ ਹੈ ਖੰਜਰ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸੱਚ ਕੀ ਕਾਤੀ, ਕਹਿੰਦੇ ਕਿ ਸੱਚ ਦੇ ਨਾਲ ਇੱਕ ਖੰਜਰ ਤਿਆਰ ਕਰ। ਸੱਚ ਸਭ ਸਾਰ, ਉਸਦਾ ਸਾਰ ਦਾ ਭਾਵ ਹੈ ਲੋਹਾ, ਉਹਦਾ ਲੋਹਾ ਵੀ ਸੱਚ ਦਾ ਹੋਵੇ। ਹੁਣ ਇਸ ਤਲਵਾਰ ਬਣਾਉਣ ਦਾ ਤਰੀਕਾ ਵੇਖਿਓ, ਇਸ ਖੰਜਰ ਦਾ ਗੁਰੂ ਨਾਨਕ ਸਾਹਿਬ ਨੇ ਜਿਹੜਾ ਤਰੀਕਾ ਦੱਸਿਆ। ਕਹਿੰਦੇ ਸੱਚ ਕੀ ਕਾਤੀ, ਸੱਚ ਸਭ ਸਾਰ, ਸੱਚ ਦਾ ਲੋਹਾ ਲੈ ਲਓ ਅਤੇ ਸੱਚ ਦਾ ਖੰਜਰ ਤਿਆਰ ਕਰੋ। ਘਾੜਤ ਤਿਸ ਕੀ ਅਪਰ ਅਪਾਰ, ਉਹ ਇੱਕ ਵੱਖਰਾ ਹੀ ਹਥਿਆਰ ਤਿਆਰ ਹੋਵੇਗਾ, ਉਹਦੀ ਘਾੜਤ ਵੱਖਰੀ ਹੋਵੇਗੀ। ਫਿਰ ਕਹਿੰਦੇ ਜਦੋਂ ਤੁਸੀਂ ਤਿਆਰ ਕਰ ਲਿਆ ਫਿਰ ਉਹਨੂੰ ਤਿੱਖਾ ਵੀ ਕਰਨਾ ਨਾ। ਫਿਰ ਕਹਿੰਦੇ ਸ਼ਬਦੇ ਸਾਣ ਰਖਾਈ ਲਾਏ, ਕਹਿੰਦੇ ਫਿਰ ਉਸ ਤਲਵਾਰ ਨੂੰ ਸ਼ਬਦ ਦੀ ਸਾਣ 'ਤੇ ਤਿੱਖਾ ਕਰ ਲਓ ਅਤੇ ਫਿਰ ਤੁਸੀਂ ਕਿਤੇ ਪਾ ਕੇ ਰੱਖਣਾ ਨਾ। ਫਿਰ ਕਹਿੰਦੇ ਗੁਣ ਕੇ ਥੈਕੇ, ਥੈਕੇ ਕਿਹਾ ਜਾਂਦਾ ਮਿਆਨ ਨੂੰ, ਗੁਣ ਕੇ ਥੈਕੇ ਵਿੱਚ ਸਮਾਏ, ਫਿਰ ਉਸਨੂੰ ਗੁਣਾਂ ਦੇ ਮਿਆਨ ਦੇ ਵਿੱਚ ਪਾ ਲਓ ਅਤੇ ਫਿਰ ਕਹਿੰਦੇ ਉਸ ਤਲਵਾਰ ਦੇ ਨਾਲ ਜਿਹਦਾ ਲੋਹਾ ਸੱਚ ਦਾ ਹੋਵੇ, ਜਿਸ ਤਲਵਾਰ ਦੀ ਘਾੜਤ ਸੱਚ ਦੀ ਹੋਵੇ, ਜਿਹੜੀ ਸ਼ਬਦ ਦੇ ਨਾਲ ਤਿੱਖੀ ਕੀਤੀ ਹੋਵੇ ਅਤੇ ਜਿਹੜੀ ਗੁਣਾਂ ਦੇ ਮਿਆਨ ਦੇ ਵਿੱਚ ਪਾਈ ਹੋਵੇ ਨਾ, ਕਹਿੰਦੇ ਤਿਸਕਾ ਕੁੱਠਾ ਹੋਵੇ ਸ਼ੇਖ। ਕਹਿੰਦਾ ਜਦੋਂ ਫਿਰ ਗੁਰੂ ਨਾਨਕ ਸਾਹਿਬ ਕਹਿੰਦੇ ਉਸ ਤਲਵਾਰ ਦੇ ਨਾਲ ਬੰਦੇ ਨੂੰ ਹਲਾਲ ਕੀਤਾ ਜਾਂਦਾ ਨਾ, ਕਹਿੰਦੇ ਫਿਰ ਲਹੂ ਲੱਭ ਨਿਕੱਥਾ ਵੇਖ, ਕਹਿੰਦੇ ਬੰਦੇ ਦੇ ਸਰੀਰ 'ਚੋਂ ਲਹੂ ਵੀ ਵਗਦਾ ਲੱਭ ਦਾ, ਬੰਦੇ ਦੇ ਸਰੀਰ ਦੇ ਵਿੱਚੋਂ ਲੱਭ ਰੂਪੀ ਲਹੂ, ਬੋਹ ਰੂਪੀ ਲਹੂ ਬਾਹਰ ਨਿਕਲ ਜਾਂਦਾ ਹੈ ਅਤੇ ਉਸ ਖੰਜਰ ਦਾ ਕੁੱਠਾ ਕੀਤਾ ਜੀਵ ਹਲਾਲ ਹੈ, ਭਾਵ ਕਿ ਸ਼ਬਦ ਦੇ ਨਾਲ ਜਿਸ ਜੀਵ ਨੂੰ ਤੁਸੀਂ ਕਤਲ ਕਰ ਦਿੱਤਾ ਉਹ ਹਲਾਲ ਹੈ ਸ਼ਬਦ ਦੇ ਨਾਲ। ਹੁਣ ਤੁਸੀਂ ਵੇਖੋ ਕਿ ਐਵੇਂ ਦੀ ਕਿਰਪਾਨ
ਜਿਵੇਂ ਦੀ ਕਿਰਪਾਨ ਬਣਾਉਣ ਦੀ ਘਾੜਤ ਗੁਰੂ ਨਾਨਕ ਸਾਹਿਬ ਨੇ ਦੱਸ ਦਿੱਤੀ, ਉਹ ਕਿਰਪਾਨ ਵਰਤੀ ਵੀ। ਗੁਰੂ ਨਾਨਕ ਸਾਹਿਬ ਨੇ ਉਸ ਕਿਰਪਾਨ ਨੂੰ ਵਰਤਿਆ। ਇਸਲਾਮ ਦੀ ਇੱਕ ਬੜੀ ਪਵਿੱਤਰ ਕਹਾਣੀ ਹੈ। ਅਰਬ ਦੇ ਵਿੱਚ ਇੱਕ ਡਾਕੂ ਹੋਇਆ ਬੜਾ ਮਸ਼ਹੂਰ, ਫਜ਼ੀਲ ਬਿਨ ਅਯਾਸ। ਜਿੰਨਾ ਮਸ਼ਹੂਰ ਪਹਿਲਾਂ ਡਾਕੂ ਸੀ, ਬਾਅਦ ਦੇ ਵਿੱਚ ਓਨਾ ਹੀ ਮਸ਼ਹੂਰ ਉਹ ਦਰਵੇਸ਼ ਬਣਿਆ। ਆਉਂਦੇ ਜਾਂਦੇ ਕਾਫਲੇ ਊਠਾਂ ਦੇ ਉੱਪਰ ਲੰਘਦੇ ਨੇ, ਫਜ਼ੀਲ ਬਿਨ ਅਯਾਸ ਲੁੱਟ ਲੈਂਦਾ। ਅਤੇ ਲੁੱਟਣ ਦੇ ਨਾਲ ਨਾਲ ਉਹ ਕੇਵਲ ਮਾਲ ਅਸਬਾਬ ਨਹੀਂ ਲੁੱਟਦਾ, ਹਰ ਬੰਦੇ ਨੂੰ ਕਤਲ ਵੀ ਕਰਦਾ। ਇੱਕ ਦਿਨ ਇੱਕ ਕਾਫਲੇ ਨੂੰ ਲੁੱਟ ਲਿਆ, ਸਾਰੇ ਕਾਫਲੇ ਦੇ ਲੋਕਾਂ ਨੂੰ, ਵਪਾਰੀਆਂ ਨੂੰ ਕਤਲ ਕਰ ਰਿਹਾ। ਅਖੀਰ ਦੇ ਵਿੱਚ ਇੱਕ ਬਜ਼ੁਰਗ ਵਪਾਰੀ ਹੈ, ਜਦੋਂ ਉਸ ਨੂੰ ਕਤਲ ਕਰਨ ਦੇ ਵਾਸਤੇ ਸ਼ਮਸ਼ੀਰ ਉੱਪਰ ਚੁੱਕੀ ਨਾ, ਉਸਨੇ ਹੱਥ ਜੋੜੇ, ਕਹਿੰਦਾ ਫਜ਼ੀਲ ਮੈਨੂੰ ਪਤਾ ਤੂੰ ਮੈਨੂੰ ਮਾਰ ਦੇਣਾ, ਪਰ ਮਰਨ ਤੋਂ ਪਹਿਲਾਂ ਮੇਰੀ ਇੱਕ ਅੰਤਮ ਇੱਛਾ ਹੈ, ਉਹ ਪੂਰੀ ਕਰ ਲੈਣ ਦੇਵੇਂਗਾ? ਫਜ਼ੀਲ ਕਹਿੰਦਾ ਮਾਰ ਤਾਂ ਦੇਣਾ ਹੀ ਹੈ, ਬੁੱਢਾ ਵਿਅਕਤੀ ਹੈ, ਕਿਹੜਾ ਭੱਜ ਸਕਦਾ? ਕਹਿੰਦਾ ਹਾਂ, ਤੂੰ ਆਪਣੀ ਦੱਸ, ਤੇਰੀ ਅੰਤਮ ਇੱਛਾ ਕੀ ਹੈ? ਕਹਿੰਦਾ ਮੇਰੇ ਮਾਲ ਸਬਾਬ ਦੀ ਪੋਟਲੀ ਦੇ ਵਿੱਚ ਪਵਿੱਤਰ ਕੁਰਾਨ ਸ਼ਰੀਫ ਪਈ ਹੈ, ਮੈਂ ਇੱਕ ਵਾਰੀ ਮਰਨ ਤੋਂ ਪਹਿਲਾਂ ਆਪਣੀ ਮੁਕੱਦਸ ਕੁਰਾਨ ਸ਼ਰੀਫ ਨੂੰ ਪੜ੍ਹਨਾ ਚਾਹੁੰਦਾ। ਕਹਿੰਦਾ ਪੜ੍ਹ ਲੈ। ਉਸਨੇ ਆਪਣੇ ਮਾਲ ਸਬਾਬ ਦੀ ਪੋਟਲੀ ਦੇ ਵਿੱਚੋਂ ਮੁਕੱਦਸ ਕੁਰਾਨ ਸ਼ਰੀਫ ਨੂੰ ਕੱਢਿਆ, ਉਸਨੂੰ ਖੋਲ੍ਹਿਆ ਅਤੇ ਪੜ੍ਹਿਆ। ਕੁਦਰਤੀ ਸੂਰਲ ਅਸਰਾਹ ਖੁੱਲ੍ਹ ਗਈ ਅਤੇ ਸੂਰਲ ਅਸਰਾਹ ਦੀ ਆਇਤ ਸੀ, ਐ ਮਨੁੱਖ ਜੇ ਤੇਰਾ ਅੰਤਮ ਸਮਾਂ ਨੇੜੇ ਹੈ ਤਾਂ ਆਪਣੇ ਕੀਤੇ ਗੁਨਾਹਾਂ ਦੀ ਤੌਬਾ ਕਰ ਲਾ, ਤੂੰ ਜੰਨਤ ਦੇ ਵਿੱਚ ਜਾਵੇਂਗਾ। ਜਦੋਂ ਇਹ ਗੱਲ ਫਜ਼ੀਲ ਬਿਨ ਅਯਾਜ ਨੇ ਸੁਣੀ ਨਾ, ਤਾਂ ਉਹਨੇ ਸੋਚਿਆ ਕਿ ਜਿਸ ਬੰਦੇ ਨੂੰ ਮੈਂ ਕਤਲ ਕਰ ਲੱਗਾ, ਇਸ ਦਾ ਤਾਂ ਕੋਈ ਗੁਨਾਹ ਹੀ ਨਹੀਂ, ਅਤੇ ਇਹ ਆਪਣੇ ਗੁਨਾਹਾਂ ਦੀ ਤੌਬਾ ਕਰ ਰਿਹਾ, ਅਤੇ ਮੈਂ ਤਾਂ ਕਾਤਲ, ਅਤੇ ਖੁਦਾ ਮੇਰੇ ਗੁਨਾਹ ਕਿਵੇਂ ਮਾਫ਼ ਕਰੇਗਾ? ਆਪਣੀ ਸ਼ਮਸ਼ੀਰ ਨੂੰ ਮਿਆਨ ਦੇ ਵਿੱਚ ਪਾ ਲਿਆ। ਹੁਣ ਕੀ ਹੈ, ਸ਼ਮਸ਼ੀਰਾਂ ਤਾਂ ਇੱਥੇ ਦੋਵੇਂ ਹੀ ਨੇ, ਲੋਹੇ ਦੀ ਸ਼ਮਸ਼ੀਰ ਵੀ ਹੈ ਅਤੇ ਸ਼ਬਦ ਦੀ ਸ਼ਮਸ਼ੀਰ ਵੀ ਹੈ, ਪਰ ਅਸਰ ਕਿਸ ਦਾ ਜ਼ਿਆਦਾ ਹੋਇਆ? ਸ਼ਬਦ ਦੀ ਸ਼ਮਸ਼ੀਰ ਦਾ ਅਸਰ ਹੋਇਆ। ਫਜ਼ੀਲ ਬਿਨ ਅਯਾਸ ਡਾਕੂ ਤੋਂ ਦਰਵੇਸ਼ ਬਣ ਗਿਆ। ਇੱਕ ਦਿਨ ਕਾਫਲਾ ਲੰਘ ਰਿਹਾ ਅਤੇ ਕਾਫਲੇ ਦੇ ਮੁਖੀ ਨੂੰ ਜਦੋਂ ਪਤਾ ਲੱਗਾ ਕਿ ਹੁਣ ਉਸ ਇਲਾਕੇ ਦੇ ਵਿੱਚ ਆ ਗਏ ਜਿੱਥੇ ਫਜ਼ੀਲ ਦਾ ਇਲਾਕਾ ਹੈ, ਬੜੀ ਉੱਚੀ ਆਵਾਜ਼ ਦੇ ਵਿੱਚ ਕਹਿੰਦਾ, ਉਹ ਮੇਰੇ ਕਾਫਲੇ ਦੇ ਲੋਕੋ, ਰਸਤਾ ਬਦਲ ਲਓ, ਫਜ਼ੀਲ ਦਾ ਇਲਾਕਾ ਆ ਗਿਆ। ਫਜ਼ੀਲ ਝੁੱਗੀ ਦੇ ਵਿੱਚੋਂ ਬਾਹਰ ਨਿਕਲਿਆ ਅਤੇ ਉੱਚੀ ਆਵਾਜ਼ ਦੇ ਵਿੱਚ ਕਹਿੰਦਾ ਕਾਫਲੇ ਦੇ ਲੋਕੋ, ਹੁਣ ਤੁਹਾਨੂੰ ਆਪਣਾ ਰਸਤਾ ਬਦਲਣ ਦੀ ਲੋੜ ਨਹੀਂ, ਫਜ਼ੀਲ ਨੇ ਰਸਤਾ ਬਦਲ ਲਿਆ। ਹੁਣ ਗੁਰੂ ਨਾਨਕ ਸਾਹਿਬ ਨੇ ਇਸੇ ਸ਼ਮਸ਼ੀਰ ਦਾ ਤਾਂ ਸਾਨੂੰ ਢੰਗ ਦੱਸਿਆ। ਸੱਜਣ ਠੱਗ ਹੈ, ਲੋਕਾਂ ਨੂੰ ਕਤਲ ਕਰਦਾ ਅਤੇ ਕਤਲ ਖੰਜਰ ਅਤੇ ਸ਼ਮਸ਼ੀਰਾਂ ਦੇ ਨਾਲ ਹੀ ਕਰਦਾ, ਪਰ ਸੱਜਣ ਠੱਗ ਤੋਂ ਭਾਈ ਸੱਜਣ ਕਿਵੇਂ ਬਣ ਜਾਂਦਾ ਕਿ ਉਹਦੀ ਲੋਹੇ ਦੀ ਸ਼ਮਸ਼ੀਰ ਜਿਹੜੀ ਹੈ ਉਹ ਅਸਰ ਅੰਦਾਜ਼ ਨਹੀਂ ਰਹਿੰਦੀ? ਅਤੇ ਗੁਰੂ ਨਾਨਕ ਸਾਹਿਬ ਦੀ ਸ਼ਬਦ ਦੀ ਸ਼ਮਸ਼ੀਰ ਇੱਕੋ ਹੀ ਗੱਲ ਨੂੰ ਦੱਸਦੀ ਹੈ ਕਿ ਸੱਜਣਾ ਮੈਂ ਤੈਨੂੰ ਠੱਗ ਨਹੀਂ ਕਹਿੰਦਾ। ਗੁਰੂ ਨਾਨਕ ਸਾਹਿਬ ਨੇ ਸੱਜਣ ਨੂੰ ਠੱਗ ਨਹੀਂ ਕਿਹਾ, ਸੱਜਣਾ ਮੈਂ ਤੈਨੂੰ ਠੱਗ ਨਹੀਂ ਕਹਿੰਦਾ, ਮੈਂ ਤਾਂ ਤੈਨੂੰ ਇਹ ਦੱਸਣਾ ਚਾਹੁੰਦਾ ਕਿ ਸੱਜਣ ਸ਼ਬਦ ਦੀ ਪਰਿਭਾਸ਼ਾ ਕੀ ਹੁੰਦੀ ਹੈ। ਸੱਜਣ ਸਹੀ, ਨਾਲ ਮੈਂ ਚੱਲਦਿਆਂ ਨਾਲ ਚੱਲਣ, ਜਿੱਥੇ ਲੇਖਾ ਮੰਗੀਏ ਤਿੱਥੇ ਖੜ੍ਹੇ ਦਿਸਣ। ਸੱਜਣਾ ਮੈਂ ਅਤੇ ਤੈਨੂੰ ਸੱਜਣ ਸ਼ਬਦ ਦੀ ਪਰਿਭਾਸ਼ਾ ਦੱਸਣੀ ਚਾਹੁੰਦਾ ਕਿ ਸੱਜਣ ਤਾਂ ਉਹ ਹੁੰਦੇ ਨੇ ਜਿਹੜੇ ਸਾਥ ਹੀ ਨਹੀਂ ਛੱਡਦੇ, ਅਤੇ ਤੂੰ ਕਿਵੇਂ ਦਾ ਸੱਜਣ? ਨਾਮ ਤੇਰਾ ਸੱਜਣ, ਸੱਜਣਤਾਈ ਦੇ ਵਿੱਚ ਆਏ ਗਏ ਲੋਕਾਂ ਨੂੰ ਜਗ੍ਹਾ ਦਿੰਦਾ ਅਤੇ ਸੱਜਣਤਾਈ ਦੇ ਪਰਦੇ 'ਚ ਹੀ ਕਤਲ ਕਰ ਦਿੰਦਾ। ਇਹ ਹੁਣ ਗੁਰੂ ਨਾਨਕ ਸਾਹਿਬ ਦੀ ਸ਼ਬਦ ਦੀ ਤਲਵਾਰ ਹੈ ਅਤੇ ਉਹਦੇ ਸਾਹਮਣੇ ਸੱਜਣ ਦੀ ਤਲਵਾਰ ਖੁੰਡੀ ਹੋ ਗਈ ਹੈ, ਉਹ ਸ਼ਬਦ ਦੀ ਨਹੀਂ ਹੈ, ਉਹ ਲੋਹੇ ਦੀ ਹੈ। ਵਕਤ ਬੀਤਿਆ, ਸੱਜਣ ਜਿਹੜੀ ਸਰਾਂ ਕਤਲਗਾਹ ਸੀ ਉਹ ਧਰਮਸ਼ਾਲ ਬਣ ਗਈ ਸ਼ਬਦ ਦੀ ਸ਼ਮਸ਼ੀਰ ਦੇ ਨਾਲ। ਠੱਗ ਸੀ ਭਾਈ ਸੱਜਣ ਬਣ ਗਿਆ ਸ਼ਬਦ ਦੇ ਵਾਰ ਦੇ ਨਾਲ। ਇੱਕ ਦਿਨ ਦੋ ਜਗਿਆਸੂ ਆ ਰਹੇ ਨੇ ਅਤੇ ਇੱਕ ਜਗਿਆਸੂ ਕਹਿੰਦਾ ਆਓ ਤਲੰਬੇ ਵਿੱਚ ਸੱਜਣ ਦੀ ਸਰਾਂ ਦੇ ਵਿੱਚ ਵਿਸ਼ਰਾਮ ਕਰੀਏ। ਦੂਜਾ ਕਹਿੰਦਾ ਨਹੀਂ, ਅਸੀਂ ਇੱਥੇ ਵਿਸ਼ਰਾਮ ਨਹੀਂ ਕਰਨਾ, ਸੱਜਣ ਤਾਂ ਕਤਲ ਕਰ ਦਿੰਦਾ ਹੈ। ਅਤੇ ਸੱਜਣ ਸੁਣ ਰਿਹਾ ਸੀ ਇਸ ਗੱਲ ਨੂੰ ਅਤੇ ਸਰਾਂ ਦੇ ਵਿੱਚੋਂ ਨਿਕਲ ਕੇ ਉੱਚੀ ਆਵਾਜ਼ 'ਚ ਕਹਿੰਦਾ ਨਹੀਂ, ਹੁਣ ਸੱਜਣ ਕਤਲ ਨਹੀਂ ਕਰ ਸਕਦਾ ਕਿਉਂਕਿ ਸੱਜਣ ਨੂੰ ਤਾਂ ਗੁਰੂ ਨਾਨਕ ਦੇ ਸ਼ਬਦ ਨੇ ਕਤਲ ਕਰ ਦਿੱਤਾ, ਹੁਣ ਸੱਜਣ ਕਤਲ ਨਹੀਂ ਕਰ ਸਕਦਾ, ਹੁਣ ਸੱਜਣ ਨੂੰ ਤਾਂ ਗੁਰੂ ਨਾਨਕ ਦੇ ਸ਼ਬਦ ਨੇ ਕਤਲ ਕਰ ਦਿੱਤਾ। ਹੁਣ ਖਿਆਲ ਕਰੀਏ ਕਿ ਗੁਰੂ ਨਾਨਕ ਸਾਹਿਬ ਨੇ ਜਿਹੜੀ ਸ਼ਬਦ ਦੀ ਸ਼ਮਸ਼ੀਰ ਸਾਨੂੰ ਦੱਸੀ ਇਹ ਕਿੰਨੀ ਅਹਿਮ ਹੈ। ਔਰ ਇਹ ਨਹੀਂ ਹੈ ਕਿ ਅਸੀਂ ਮੈਦਾਨੇ ਜੰਗ ਦੇ ਵਿੱਚ ਲੋਹ ਖੜਗਨੀ ਵਰਤੀ
पर साड़ी उस शमशीर वरतन दे पिछे भी गुरु नानक साहब की विचारधारा की शमशीर सी। और इस करके सिख इतिहास दे विच एक भी तुसी ऐसा प्रमाण नहीं दे सकते कि छेवें पातशाह के समय सिख मैदाने जंग च गए ने। 18वीं सदी तक सिखां ने कदी अपने दुश्मन नूं फड़ के कतल किया हो, सिखां ने किसी नूं जंगी कैदी बना के कतल किया हो, सिखां ने किसी दुश्मन की औरत नूं कतल किया हो। तलवारबाजी तां सिख बहुत वड्डे सी, पर वो जिहड़ी तलवार है वह गुरु नानक साहब की शब्द की तलवार के भै दे विच सी। असी लोह खड़क वरती है जदों महाराजा रणजीत सिंह ने मुल्तान के उपर कब्जा किया तो मुजफ्फर खान मारिया गया, और मुल्तान तकरीबन महाराजा रणजीत सिंह नूं 3.5-4 महीने घेरा पाउणा पिया। और इस घेरे दे विच एक अगनहांडी दे फटन दे नाल हरी सिंह नलुआ जख्मी होए, निहाल सिंह पंज हत्था जख्मी होए, सरदार रतन सिंह जख्मी होए, 350 सिख शहीद हो गया। और रणजीत सिंह बड़े गुस्से दे विच सी, और हरी सिंह नलुए का जख्मी होना रणजीत सिंह दे वास्ते बड़ी वड्डी सट सी। ते जदों मुजफ्फर खान मारिया गया तो सारा शहर इकट्ठा हो गया मुल्तान, क्यों? क्योंकि मुजफ्फर खान के दो पुत जिहड़े सी ओह सिखां ने जिउंदे गिरफ्तार कर ले। रणजीत सिंह मैदाने जंग चो लड़ के आया, उहदी शमशीर लहू दे नाल रत्ती है, लहू दीआं खूंदां बूंदां डिग रहीआं ने। सारा शहर इकट्ठा होया पिया है कि वह मुजफ्फर खान जिस दे नाल लड़दिआं 350 सिख शहीद हो गया है, रणजीत सिंह की सज्जी बांह हरी सिंह नलुआ जख्मी होया पिया है। पता नहीं हरी सिंह नलुए की इस जख्मी होने की घटना तो रणजीत सिंह के मन के कितना गुस्सा होगा कि वह मुजफ्फर खान के पुत्रां के सिर धड़ तो जुदा कर देगा। मुजफ्फर खान के दोवें पुत रणजीत सिंह के सामने पेश किए गए, डर रहे ने बेचारे कि हाथ दे विच लहू दे तुबके केर रही शमशीर है, अखां दे विच गुस्सा है। पता नहीं रणजीत सिंह की करेगा। जदों उन्हां दोहां बच्चियां नूं आउंदिआं वेख्या, रणजीत सिंह ने शमशीर नूं म्यान दे विच पाया ते दोवां नूं गल च लै के कहिंदा, दुश्मनी उन्ना चिर तक सी जिन्ना चिर दुश्मन बन के मैदाने जंग च जूझ रहे सी। इह गुरु नानक दे दर दी तलवार है, इह जंगी कैदी दा सिर नहीं ला सकदी। एक गुरु नानक